मोगा जिले के कस्बा निहाल सिंह बाला के गांव खोटे में बीती देर रात पति ने पत्नी का गला घोंचकर हत्या कर दी है। इस घटना को लेकर निहाल सिंह बाला के डीएसपी मंजीत सिंह मामले की जांच कर रहे हैं। इस घटना के पीछे पति पत्नी की मामूली तकरार भी सामने आई है। आरोपी अभी तक फरार बताया जा रहा है। पुलिस लगातार आरोपी की तलाश कर रही है। मृतकों के परिजन ने कहा कि पति पत्नी को नशे की हालत में परेशान करता था। ਇਹ ਜੀ ਕੁੜੀ ਫਿਰ ਉਹਨਾਂ ਪੰਜ ਚਾਰ ਦਿਨ ਤੋਂ ਇੱਥੇ ਰਹਿ ਰਹੇ ਸੀਗੇ। ਪਹਿਲਾਂ ਨਰਮਾ ਚੁਗਣ ਗਏ ਹੋਏ ਸੀਗੇ। ਇਹ ਲੜਦੇ ਬੋਲਦੇ ਸੀ, ਉਹ ਪ੍ਰਾਹੁਣਾ ਚਿੱਟਾ ਚੁੱਟਾ ਪੀਂਦਾ ਸੀਗਾ। ਕੁੜੀ ਕਹਿੰਦੀ ਵੀ ਤੂੰ ਨਸ਼ਾ ਛੱਡ ਦੇ, ਮੈਂ ਫਿਰ ਜਾਊਂ। ਉਹ ਇਹਨਾਂ ਨੂੰ ਆ ਕੇ ਰੂਬਰੂ ਮਾਰਦਾ ਸੀ, ਮੈਂ ਲੈ ਜਾਊਂਗਾ, ਜੇ ਨਹੀਂ ਤੁਸੀਂ ਕੋਈ ਭੇਜ ਦੇ ਤਾਂ ਮੈਂ ਦੂਜੇ ਤਰ੍ਹਾਂ ਲੈ ਜਾਊਂ। ਆਪਣਾ ਘਰ ਤਾਂ ਉੱਧਰ ਆ, ਮੈਂ ਤਾਂ ਛੋਟਾ ਭਾਈ ਹਾਂ। ਹਾਂਜੀ, ਮੁੜ ਕੇ ਉਹ ਪਹਿਲਾਂ ਜਵਾਕ ਛੱਡ ਕੇ ਆਇਆ ਜੀ, ਗੱਲ ਹੱਥ ਨੇ 5 ਵਜੇ ਜਵਾਕ ਛੱਡ ਕੇ ਆਇਆ। ਉਦੋਂ ਬਾਅਦ ਆ ਕੇ ਇੱਥੇ ਉਹਨੇ ਇਹ ਕੰਮ ਕੀਤਾ। ਇਹ ਮੇਰਾ ਭਾਈ ਹੈ, ਬੱਕਰੀਆਂ ਚਾਰਦਾ। ਇਹ ਹੰਬ ਥੱਕ ਕੇ ਪੈ ਗਿਆ। ਆਪਾਂ ਇਹ ਨਹੀਂ ਕਹਿੰਦੇ ਵੀ ਸਾਨੂੰ ਇਹ ਵੀ ਨਹੀਂ ਪਤਾ ਵੀ ਇਹਨੂੰ ਕੁਛ ਦਿੱਤਾ ਹੋਵੇ, ਗੋਲਾਂ ਗਲਾਂ ਨੀਂਦ ਨੂੰਦ ਵਾਲਾ, ਇਹ ਵੀ ਨਹੀਂ ਅਸੀਂ ਕਹਿ ਸਕਦੇ ਗੇ, ਕਿਉਂ ਅਸੀਂ ਤਾਂ ਇੱਥੇ ਦੂਰ ਹਾਂ। ਅਤੇ ਕੱਲ੍ਹ ਪਰਸੋਂ ਕੀ ਇਹ ਜੇ ਵਾਪਸ ਆਏ ਸੀ, ਅਤੇ ਬੀਤੀ ਰਾਤ ਜਿਹੜਾ ਹੈਗਾ ਅਮਰਜੀਤ ਸਿੰਘ ਨੇ ਕਿਸੇ ਗੱਲੋਂ ਲੜਾਈ ਝਗੜਾ ਹੋਣ ਕਰਕੇ ਜਿਹੜੀ ਆਪਣੀ ਘਰਵਾਲੀ ਗੁਰਪ੍ਰੀਤ ਸਿੰਘ ਦਾ ਗੁਰਪ੍ਰੀਤ ਕੌਰ ਦਾ ਚੁੰਨੀ ਦੇ ਨਾਲ ਗਲ ਘੁੱਟ ਕੇ ਉਹਦੀ ਮੌਤ ਕਰ ਦਿੱਤੀ ਆ। ਅਤੇ ਮੈਂ ਉੱਥੇ ਮੌਕੇ 'ਤੇ ਵੀ ਜਾ ਕੇ ਆਇਆ, ਅਤੇ ਹੁਣ ਅਸੀਂ ਕਾਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆ